ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਲੈ ਕੇ ਕਈ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਤੇ ਮੋਹਾਲੀ ਦੇ ਪਿੰਡ ਮੁੰਦੋ ਸੰਗਤੀਆਂ ਤੋਂ ਬਾਅਦ ਹੁਣ ਜੰਡਪੁਰ ਦੇ ਵਿੱਚ ਵੀ ਨੌਜਵਾਨ ਸਭਾ ਦੇ ਵੱਲੋਂ ਮਤਾ ਪਾ ਦਿੱਤਾ ਗਿਆ ਕਿ ਪਿੰਡ ਦੇ ਵਿੱਚ ਜਿਹੜੇ ਗੈਰ ਪੰਜਾਬੀ ਨੇ ਜਿਵੇਂ ਕਿ ਯੂਪੀ ਬਿਹਾਰ ਤੋਂ ਜਾਂ ਹੋਰ ਰਾਜਾਂ ਤੋਂ ਰਹਿਣ ਵਾਲੇ ਲੋਕ ਨੇ ਉਹ ਤੰਬਾਕੂ ਦੀ ਵਰਤੋਂ ਨਹੀਂ ਕਰ ਸਕਦੇ, ਗੁਟਕਾ ਬੀੜੀ ਦੀ ਵਰਤੋਂ ਨਹੀਂ ਕਰ ਸਕਦੇ, ਰਾਤ ਨੂੰ 9 ਵਜੇ ਤੋਂ ਬਾਅਦ ਨਹੀਂ ਘੁੰਮ ਸਕਦੇ, ਅੱਧ ਨੰਗੇ ਕੱਪੜੇ ਪਾ ਕੇ ਨਹੀਂ ਘੁੰਮ ਸਕਦੇ, ਇਸ ਤੋਂ ਬਿਨਾਂ ਇੱਕ ਕਮਰੇ ਦੇ ਵਿੱਚ 2 ਤੋਂ ਵੱਧ ਨਹੀਂ ਰਹਿ ਸਕਦੇ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਲਾਗੂ ਕਰ ਦਿੱਤੀਆਂ ਗਈਆਂ ਨੇ। ਪੂਰੇ ਵਿਸਥਾਰ ਨਾਲ ਤੁਹਾਨੂੰ ਦੱਸਾਂਗੇ। ਦੱਸ ਦਈਏ ਕਿ ਪਹਿਲਾਂ ਕੁਰਾਲੀ ਦੇ ਨੇੜੇ ਪਿੰਡ ਮੁੰਦੋ ਸੰਗਤੀਆਂ ਤੇ ਹੁਣ ਮੋਹਾਲੀ ਦੇ ਖਰੜ ਨਗਰ ਕੌਂਸਲ ਦੇ ਨੇੜਲਾ ਪਿੰਡ ਹੈ ਜੰਡਪੁਰ, ਜਿੱਥੋਂ ਦੇ ਵਸਨੀਕਾਂ ਦੇ ਵੱਲੋਂ ਖਾਸ ਕਰ ਨੌਜਵਾਨ ਸਭਾ ਦੇ ਵੱਲੋਂ ਬਕਾਇਦਾ ਤੌਰ ਤੇ ਇਹ ਮਤਾ ਪਾ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ 15 ਦਿਨ ਅਸੀਂ ਸਮਝਾਵਾਂਗੇ, ਜਾਗਰੂਕ ਕਰਾਂਗੇ, ਜੇ ਉਸ ਤੋਂ ਬਾਅਦ ਵੀ ਇਸ ਦੀ ਅਵੱਗਿਆ ਹੁੰਦੀ ਹੈ, ਇਸ ਦੀ ਉਲੰਘਣਾ ਹੁੰਦੀ ਹੈ ਤਾਂ ਜੁਰਮਾਨਾ ਕੀਤਾ ਜਾਵੇਗਾ। ਤਾਂ ਪਿੰਡ ਦੇ ਵਿੱਚ ਪੋਸਟਰ ਲਾ ਦਿੱਤੇ ਗਏ ਨੇ, ਬੋਰਡ ਲਾ ਦਿੱਤੇ ਗਏ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਮੋਦੋ ਸੰਗਤੀਆਂ ਦੇ ਵਿੱਚ ਪ੍ਰਵਾਸੀਆਂ ਨੂੰ ਕਿਹਾ ਗਿਆ ਕਿ ਉਹ ਪੱਕੇ ਤੌਰ ਤੇ ਇੱਥੇ ਨਾ ਰਹਿਣ ਤੇ ਹੁਣ ਜੰਡਪੁਰ ਦੇ ਵਿੱਚ ਇਹ ਮਤਾ ਪਾਇਆ ਗਿਆ। ਇਸ ਦਾ ਬਹੁਤ ਸਾਰੇ ਲੋਕ ਵਿਰੋਧ ਵੀ ਕਰ ਰਹੇ ਨੇ, ਹਾਈਕੋਰਟ ਤੱਕ ਇਹ ਮਾਮਲਾ ਪਹੁੰਚ ਗਿਆ ਤੇ ਹੁਣ ਜੰਡਪੁਰ ਦੇ ਵਿੱਚ ਉੱਥੋਂ ਦੀ ਨੌਜਵਾਨ ਸਭਾ ਦੇ ਵੱਲੋਂ ਇਹ ਮਤਾ ਪਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਖਾਸ ਕਰ ਗੈਰ ਪੰਜਾਬੀ ਪਿੰਡ ਜੰਡਪੁਰ ਦੇ ਵਿੱਚ ਬੀੜੀ ਸਿਗਰਟ ਪੀਣ ਤੇ ਪਾਬੰਦੀ ਰਹੇਗੀ, ਗੁਟਕਾ ਖਾਣ ਤੇ ਪੂਰਨ ਪਾਬੰਦੀ ਰਹੇਗੀ ਅਤੇ ਪਿੰਡ ਵਿੱਚ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਆਪਣੀ ਤਸਦੀਕ ਕਰਾਉਣਾ ਜ਼ਰੂਰੀ ਹੋਏਗਾ। ਰਾਤ 9 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਨਹੀਂ ਘੁੰਮ ਸਕੇਗਾ। ਇੱਕ ਕਮਰੇ ਦੇ ਵਿੱਚ 2 ਤੋਂ ਵੱਧ ਲੋਕਾਂ ਦੇ ਰਹਿਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਪਿੰਡ ਦੇ ਵਿੱਚ ਕੋਈ ਵੀ ਬਾਹਰ ਦਾ ਬੰਦਾ ਜੇਕਰ ਜਗ੍ਹਾ ਖਰੀਦਦਾ ਤਾਂ ਉਹ ਕਮਰਾ ਨਹੀਂ ਪਾ ਸਕੇਗਾ। ਤਾਂ ਨੌਜਵਾਨ ਸਭਾ ਸਮੂਹ ਪਿੰਡ ਜੰਡਪੁਰ ਦੇ ਵੱਲੋਂ ਇਹ ਮਤਾ ਪਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਹੈ, ਪ੍ਰਵਾਸੀ ਪਾਨ ਗੁਟਕਾ ਬੀੜੀ ਪਿੰਡ ਵਿੱਚ ਨਹੀਂ ਪੀਵੇਗਾ, ਜਿੱਥੇ ਪ੍ਰਵਾਸੀ ਰਹਿੰਦੇ ਨੇ ਉਸ ਜਗ੍ਹਾ 'ਤੇ ਕੂੜੇਦਾਨ ਜ਼ਰੂਰੀ ਹੋਣਾ ਚਾਹੀਦਾ, ਇਸ ਦੀ ਜ਼ਿੰਮੇਵਾਰੀ ਮਾਲਕ ਦੀ ਹੋਏਗੀ। ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦੇ ਨਜ਼ਰ ਨਹੀਂ ਆਉਣੇ ਚਾਹੀਦੇ, ਮਕਾਨ ਵਿੱਚ ਜਿੰਨੇ ਬੰਦੇ ਰਹਿੰਦੇ ਨੇ ਉਹਨਾਂ ਦੀ ਹੀ ਵੈਰੀਫਿਕੇਸ਼ਨ ਹੋਵੇ, ਇੱਕ ਕਮਰੇ ਦੇ ਵਿੱਚ 2 ਵਿਅਕਤੀਆਂ ਤੋਂ ਵੱਧ ਨਾ ਰਹਿਣ, ਪ੍ਰਵਾਸੀ ਪਿੰਡ ਦੇ ਵਿੱਚ ਅੱਧ ਨੰਗੇ ਨਾ ਘੁੰਮਦੇ ਨਜ਼ਰ ਆਉਣ, ਨਾਬਾਲਗ ਬੱਚੇ ਬਿਨਾਂ ਕਾਗਜ਼ ਜਾਂ ਨੰਬਰ ਪਲੇਟਾਂ ਤੋਂ ਬਿਨਾਂ ਕੋਈ ਵੀ ਵਾਹਨ ਚਲਾਉਂਦਾ ਨਜ਼ਰ ਨਾ ਆਵੇ, ਕਿਰਾਏਦਾਰਾਂ ਦੇ ਵਾਹਨਾਂ ਦੀ ਪਾਰਕਿੰਗ ਲਾਜ਼ਮੀ ਹੈ, ਕਿਸੇ ਦਾ ਵਾਹਨ ਸੜਕ ਅਤੇ ਗਲੀ ਵਿੱਚ ਨਹੀਂ ਖੜਨਾ ਚਾਹੀਦਾ ਅਤੇ ਪਾਣੀ ਦੀ ਸਮੱਸਿਆ ਘਰ ਪ੍ਰਤੀ ਕਨੈਕਸ਼ਨ ਦੀ ਸਹੀ ਵਰਤੋਂ ਕੀਤੀ ਜਾਵੇ। ਜੇਕਰ ਕੋਈ ਵੀ ਪ੍ਰਵਾਸੀ ਕਿਸੇ ਵੀ ਗੈਰ ਕਾਨੂੰਨੀ ਜਾਂ ਪਿੰਡ ਨੂੰ ਨੁਕਸਾਨ ਦੇ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ। ਬੱਚਾ ਜੰਮਣ ਅਤੇ ਵਿਆਹ 'ਤੇ ਜਿਹੜੀ ਵਧਾਈ ਆ ਉਹ 2100 ਨਿਸ਼ਚਿਤ ਕੀਤੀ ਗਈ ਹੈ। ਇਹ ਜਿਹੜਾ ਮਤਾ ਏ ਇਹ ਜੰਡਪੁਰ ਦੇ ਵੱਲੋਂ ਪਾਇਆ ਗਿਆ, ਨੌਜਵਾਨ ਸਭਾ ਦੇ ਵੱਲੋਂ ਸਮੂਹ ਪਿੰਡ ਵਾਸੀਆਂ ਦੀ ਸਲਾਹ ਦੇ ਨਾਲ ਇਹ ਮਤਾ ਪਾਇਆ ਗਿਆ। ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਨੂੰ ਲਾਜ਼ਮੀ ਕੀਤਾ ਗਿਆ, ਪ੍ਰਵਾਸੀ ਪਾਨ ਗੁਟਕਾ ਬੀੜੀ ਪਿੰਡ ਵਿੱਚ ਨਹੀਂ ਪੀਣਗੇ, ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਨਹੀਂ ਘੁੰਮ ਸਕਣਗੇ, ਜੇਕਰ ਕੋਈ ਪ੍ਰਵਾਸੀ ਪਿੰਡ ਨੂੰ ਨੁਕਸਾਨ ਕਰਦਾ ਹੈ ਉਸਦਾ ਜ਼ਿੰਮੇਵਾਰ ਮਾਲਕ ਹੋਏਗਾ ਅਤੇ ਪਿੰਡ ਵਿੱਚ ਕੋਈ ਵੀ ਬਾਹਰ ਦਾ ਬੰਦਾ ਜਗ੍ਹਾ ਖਰੀਦਦਾ ਤਾਂ ਉਹ ਕਮਰੇ ਨਹੀਂ ਪਾ ਸਕੇਗਾ। ਵੈਰੀਫਿਕੇਸ਼ਨ ਲਾਜ਼ਮੀ ਕੀਤੀ ਗਈ ਹੈ ਤਾਂ ਇਹ ਲਗਾਤਾਰ ਇਸ ਤਰ੍ਹਾਂ ਦੇ ਪਹਿਲਾਂ ਵੀ ਮਾਮਲੇ ਸਾਹਮਣੇ ਆਏ ਨੇ ਅਤੇ ਇਹ ਮਸਲਾ ਜਿਹੜਾ ਇਹ ਪੰਜਾਬ ਹਰਿਆਣਾ ਹਾਈਕੋਰਟ ਤੱਕ ਪਹੁੰਚਿਆ ਅਤੇ ਹੁਣ ਜੰਡਪੁਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਇਸ ਦੇ 2 ਰਾਮਾਂ ਨੇ ਇਸ ਨੂੰ ਲੈ ਕੇ ਬਹੁਤ ਸਾਰੇ ਇਸ ਦਾ ਵਿਰੋਧ ਵੀ ਕਰ ਰਹੇ ਨੇ ਕਿ ਸਭ ਨੂੰ ਬਰਾਬਰ ਦਾ ਅਧਿਕਾਰ ਹੈ ਕਿਉਂਕਿ ਇਹ ਕਾਨੂੰਨ ਦੀ ਵੀ ਉਲੰਘਣਾ ਹੈ, ਕਾਨੂੰਨ ਮੁਤਾਬਕ ਤੁਸੀਂ ਕਿਸੇ 'ਤੇ ਇਸ ਤਰ੍ਹਾਂ ਰੋਕ ਨਹੀਂ ਲਾ ਸਕਦੇ। ਦੇਸ਼ ਦੇ ਵਿੱਚ ਲੋਕਤੰਤਰ ਹੈ, ਪੰਜਾਬੀ ਜਿਹੜੇ ਨੇ ਉਹ ਵੀ ਬਾਹਰਲੇ ਸੂਬਿਆਂ ਦੇ ਵਿੱਚ ਰਹਿੰਦੇ ਨੇ, ਬਾਹਰਲੇ ਸੂਬਿਆਂ ਤੋਂ ਲੋਕ ਆ ਕੇ ਉਹ ਵੀ ਪੰਜਾਬ ਦੇ ਵਿੱਚ ਰਹਿੰਦੇ ਨੇ। ਦੂਜੀ ਜਿਹੜੀ ਗੱਲ ਹੈਗੀ ਆ ਉਹ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਯੂਪੀ ਬਿਹਾਰ ਤੋਂ ਆਉਣ ਵਾਲੇ ਜਿਹੜੇ ਸਾਡੇ ਭਰਾ ਨੇ ਪ੍ਰਵਾਸੀ ਦੂਜੇ ਰਾਜਾਂ ਤੋਂ ਆਉਂਦੇ ਨੇ ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਟਿੱਪਣੀ ਜਿਹੜੀਆਂ ਕੀਤੀਆਂ ਗਈਆਂ ਨੇ ਤਾਂ ਹੁਣ ਇਸ 'ਤੇ ਦੇਖਣਾ ਹੋਏਗਾ ਪ੍ਰਸ਼ਾਸਨ ਕੀ ਫੈਸਲਾ ਲੈਂਦਾ, ਪੰਜਾਬ ਦੇ ਲੋਕ ਇਸ ਨੂੰ ਕਿਸ ਤਰ੍ਹਾਂ ਦੇਖਦੇ ਨੇ। ਪਰ ਹੁਣ ਪਹਿਲਾਂ ਮੁੰਦੋ ਸੰਗਤੀਆਂ, ਜਿਸ ਤੋਂ ਬਾਅਦ ਹੁਣ ਜੰਡਪੁਰ ਦੇ ਵਿੱਚ ਇਹ ਮਤਾ ਪਾਇਆ ਗਿਆ ਏ।
ਕੁਝ ਚੀਜ਼ਾਂ ਸਹੀ ਵੀ ਨੇ ਕਿ ਜੇ ਪਿੰਡ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣਾ, ਪਰ ਉਹ ਸਾਰਿਆਂ ਲਈ ਜ਼ਰੂਰੀ ਹੈ। ਇਹ ਨਹੀਂ ਕਿ ਇਕੱਲੇ ਗੈਰ ਪੰਜਾਬੀਆਂ ਦੇ ਲਈ ਉਹ ਜ਼ਰੂਰੀ ਹੋਵੇ, ਸਿਰਫ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਜੇਕਰ ਪਿੰਡ ਦੇ ਵਿੱਚ ਤੁਸੀਂ ਬੀੜੀ ਸਿਗਰਟ ਗੁਟਕਾ ਪੀਣ 'ਤੇ ਪਾਬੰਦੀ ਲਈ ਆ, ਉਹ ਤਾਂ ਸਾਰਿਆਂ ਲਈ ਇੱਕੋ ਜਿਹੀ ਹੋਣੀ ਚਾਹੀਦੀ ਹੈ। ਇਹ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਨੇ, ਇਸ 'ਤੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਨੇ, ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ। ਤਾਂ ਪਿੰਡ ਜੰਡਪੁਰ ਦੇ ਵਿੱਚ ਇਹ ਮਤਾ ਪਾਇਆ ਗਿਆ, ਨੌਜਵਾਨ ਸਭਾ ਦੇ ਵੱਲੋਂ ਮਤਾ ਪਾਇਆ ਗਿਆ, ਜਿਸ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰਲੇ ਲੋਕ ਨੇ, ਗੈਰ ਪੰਜਾਬੀ ਨੇ, ਪ੍ਰਵਾਸੀ ਨੇ, ਉਹਨਾਂ 'ਤੇ ਕਈ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ।